ਸਾਡੇ ਨਾਲ ਅਵਤਾਰ ਸਿੰਘ ਖਾਲਸਾ ਵਰਪਾਲ ਨੇ ਜਿਹੜੇ 3 ਜੂਨ ਨੂੰ ਉੱਥੇ ਸਨ ਸੰਤਾਨ ਤੇ ਵੈਹ ਸਾਨੂੰ ਕਿਹਾ ਸੀ ਕਿ ਤੁਹਾਂ ਜਦੋਂ ਗੋਲੀ ਚੱਲੇ ਦਰਵਾਜ਼ੇ ਤੇ ਹਮਲਾ ਹੋਵੇ ਤੁਹਾਂ ਅੰਮ੍ਰਿਤਸਰੋਂ ਨਹੀਂ ਆਉਣਾ ਉਹ ਤੇ ਮਹੀਨਿਆਂ ਨਾਲ ਬੈਠ ਕੇ ਆਰਮੀ ਦਾ ਜਵਾਨ ਬੈਠਾ ਸੀ ਉਹਨੇ ਸਾਨੂੰ ਅੰਦਰ ਨਹੀਂ ਜਾਣਤਾ ਅੱਗੇ ਨਹੀਂ ਜਾਣਤਾ ਉਹਨੇ ਕਿਹਾ ਮੈਨੂੰ ਇਥੋਂ ਹੁਕਮ ਜੇ ਇਹ ਤੋਂ ਗਾਂ ਅੱਗੇ ਆਏ ਤਾਂ ਮੈਂ ਸ਼ੂਟ ਕਰ ਦੇਣੀ 3 ਜੂਨ ਨੂੰ ਅਸੀਂ 4 ਕੋ ਜਾਣਾ ਦਰਬਾਰ ਸਾਹਿਬ ਐਂਟਰੀ ਹੋ ਉਦੋਂ ਗੜਮ ਗੜਮ ਗੋਲੇ ਜਿਹੜੇ ਲਗਾਤਾਰ ਅਕਾਲ ਤਖਤ ਜੋ ਕੇ ਮਹਲਾ ਤੋਪਾਂ ਦੀਆਂ ਦਸਦੇ ਅਕਾਲ ਤਖਤ ਦੇ ਮੋਰਚੇ ਤੋਂ ਧਿਆਨ ਕੇ ਗੋਲੇ ਵੱਜੇ ਗੈਰ ਹੱਲ ਸੀ ਦੇਖ ਸਕਦੇ ਆਪ ਯੂਰ ਆਰਮੀ ਇੱਥੇ ਹਣਕ ਕਰਜਾ ਕਰੂਗੀ ਤੇ ਮੋਰਚਾ ਬਣਾਉਗੀ ਅਕਾਲ ਤਖਤ ਅਟੈਕ ਕਰਨ ਵਾਸਤੇ ਇਹ ਚਾਰੇ ਤੋਂ ਹਕਮਜਾ ਨਹੀਂ ਹੋਣਾ 5 ਜੂਨ ਰਾਤ ਨੂੰ ਪੂਰਾ ਯੂਰ ਨਾਲ 32 ਪਾਣੀ ਬੰਦ ਹਨੇਰਾ ਇਹ ਮਰਦੇ ਦੀਦੇ ਰਹੇ ਆਰਮੀ ਵਾਲੇ ਪਰ ਇਹ ਉਸੇ ਚੁੱਕ ਕੇ ਲੈ ਜਾਂਦੇ ਸੀ ਸਾਡੇ ਸਿੰਘ ਮੋਰਚਾ ਜੀ ਤੇ ਗੋਲੇ ਮਾਰਦੇ ਟੈਂਕਾਂ ਦੇ ਆਇਲ ਬੰਮ ਮਾਰਦੇ ਮੋਰਚੇ ਤਬਾ ਕਰਦੇ। ਸ਼ਾਮੀ 2 ਟਾਈ ਹੋਏ 6 ਜੂਨ ਨੂੰ ਐਲਾਨਮੈਂਟ ਕੀਤੀ ਬੜੀ ਤੜੀ। ਭਾਰ ਗਿਆ। ਪਿੰਡਰਾ ਆਪਣੇ ਸਾਥੀਆਂ ਸਮੇਤ ਹੀ ਬਾਹਰ ਆ ਗਏ। ਅੰਬਰਸਾ ਦੇ ਹਿੰਦੂ ਜਿਹੜੇ ਆ ਆਰਮੀ ਨੂੰ ਖੁਸ਼ ਕਰਮਾ ਜੁੱਤੀਆਂ ਸਮੇਤ ਟ੍ਰੇਲ ਸਿੱਕਤਾ ਪਾ ਕੇ ਮਿੱਠੇ ਪੜਦੀਆਂ ਅਸ਼ਵੀਲਾ ਜੁੱਤਾਂ ਲਿਆਈਆਂ ਆਰਮੀ ਨੂੰ ਖੁਸ਼ ਕਰਨ ਵਾਸਤੇ ਉਹ ਘੰਟਾ ਘਰੋਂ ਖਾਸ ਦੇ ਖੇਡ ਦੇ ਚੜਗੀਆਂ ਮਾਰਦੇ। ਕਿਹਾ ਉਹਦੇ ਬਜੈਂਸ ਕਰਦੇ ਉਹ ਇੱਕ 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 ਗੋਲੀਆਂ ਥੇ ਹਾਂ ਇੱਕ ਤਬਰਾਰ ਉਹ ਮਾਰੀ ਹੋਤਾਂ ਰੈਸਟ ਕਰਕੇ ਰੈਸਟ ਕਰਕੇ ਗੋਲੀ ਮਾਰ ਨੋ ਤਰੀਕ ਨੂੰ ਮਾਰੀ ਗੋਲੀ ਜਿਹੜੀਆਂ ਸਾਈਡ ਦੇ ਉੱਤੇ ਆਉਂਦੇ ਆ ਫਿਰ ਉਹਨਾਂ ਮੇਰੇ ਪੈਣਾ ਕਿੱਥੇ ਰੱਖਣਾ ਸੀ ਗੋਲੀਆਂ ਮਾਰੀਆਂ ਉੱਥੇ ਪਿਓਚ ਪਿਆ ਹੁੰਦਾ ਕਿੱਥੇ ਕੈਂਪ ਵਾਲੇ ਹੋਪਾਂ ਕੀਤਾ ਤੇ ਨਵੇਂ ਨੀ ਪਿੰਡ ਲਿਆ ਕੇ ਸੇਪਿੰਡ ਲਿਆ ਤੇ ਜੀ ਲਿਆ ਨਵੇਂ ਟਰਕ ਹੁੰਦੀ ਦੀ ਇਹ ਪੁੱਛਦੇ ਰਹੇ ਪਿੰਡ ਲਿਆ ਕੇ ਸੇਪਿੰਡ ਲਿਆ ਕੇ ਸੇਪਿੰਡ ਰਾਨ ਨਹੀਂ ਹਾਂ ਯਾਰ ਜੇ ਮੈਨੂੰ ਉਹਨਾਂ ਚੁੱਕ ਕੇ ਕੱਢਿਆ ਬਾਹਰ ਬਾਹਰ ਕੱਢ ਦਿਆ ਸਾਰੇ ਮੈਨੂੰ ਪੱਟ ਮਾਰਨਾ ਸ਼ੁਰੂ ਕਰਤੇ ਉਹਨਾਂ ਜਿਹੜੇ ਦੋਸ ਸਿੰਘ ਉਹਨਾਂ ਨੇ ਪੱਟ ਮਾਰਨਾ ਸ਼ੁਰੂ ਕਰਤੇ ਆਰਮੀ ਵਾਲਿਆਂ ਨੇ ਬਾਹਵਾ ਸਾਡੇ ਬਾਲੀਆ ਬਹੁਤ ਮਾਨ ਕੇ ਦੋਸ ਸਿੰਘ ਆਟੋਮੈਟ ਲੈ ਕੇ ਤਾਂ ਸੰਤਨ ਨਾਲ ਅੱਜ ਹੀ ਮੁਲਾਕਾਤ ਕਰਦੋਂਗੀ ਤੁਹਾਡੀ ਉੱਤੇ ਪੰਜ ਨੂੰ ਪੰਜ ਨੂੰ ਸ਼ਾਮੀ ਨੂੰ ਕੀ ਗੱਲਬਾਤ ਕੀਤੀ ਗੱਲਬਾਤ ਕੋਈ ਖਾਸ ਨਹੀਂ ਹੋਈ ਫਤਿਹ ਹੋਈ ਨੂੰ ਲੱਗਦਾ ਇਨਸਾਫ ਹੋਇਆ ਸਰਕਾਰਾਂ ਆ ਗਈਆਂ ਨਹੀਂ ਬੀਜੇਪੀ ਦੀ ਵੀ ਆਈ ਅਕਾਲੀ ਦਲ ਦੀ ਵੀ ਆਈ ਕਾਂਗਰਸ ਦੀ ਵੀ ਆਈ ਅੰਗਰੇਜ਼ਾਂ ਮੰਦੇ ਪਾਕਿਸਤਾਨੀ ਸਰਕਾਰਾਂ ਆਵਾਜ਼ ਉੱਤੇ ਆਇਆ ਵਾ ਇਹਨਾਂ ਦੇ ਸ਼ਹਿਰਾਂ 'ਤੇ ਅਟੈਕ ਹੋਇਆ ਤੇ ਸਰ ਵੀ ਇਹਨਾਂ ਸ਼ਹਿਰਾਂ ਸਾਡਾ ਪੇਂਟੀ ਲੰਕਾਟਾਵੇ ਇਹਨਾਂ ਦਿੱਤਾ 1800 ਸੀ ਇਹਨਾਂ ਜਿਉਂਦੇ ਹੁੰਦੇ ਸੰਤ ਹੁਣ ਤੱਕ ਪਤਾ ਨਾ ਲੱਗਦਾ ਜੇ ਪਤਾ ਹੀ ਪੰਜ ਵਰਡ ਪਾਕਿਸਤਾਨ 'ਚ ਬੈਠਾ ਵਧਾਵਾ ਸੀ ਪਾਕਿਸਤਾਨ 'ਤੇ ਕਿਹਾ ਜਾਂਦਾ ਸਾਰੇ ਫੋਟੋਆਂ ਵੀ ਆ ਜਾਈਆਂ ਨੇ ਤੇ ਸੰਤਾਂ ਦੀ ਵੀ ਆ ਜਾਣੀ ਸੀ ਢਾਈ ਤੇ ਗੋਲੀਆਂ ਦੀ ਤੇ ਗੋਲੀਆਂ ਨਾਲ ਸੰਤਾਂ ਨੂੰ ਬਾਹਰ ਆਣ ਕੇ ਵੀ ਸੰਤ ਨੂੰ ਮੋਰਚੇ ਲੜ ਲਿਆ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਯਾਦਵਿੰਦਰ ਸਿੰਘ ਜੂਨ 1984 ਤੇ ਜੂਨ 2021 ਬੜਾ ਲੰਮਾ ਵਕਫਾ ਪਰ ਇਸ ਵਕਫੇ ਚ ਲਗਾਤਾਰ ਸਿੱਖ ਦਰਬਾਰ ਸਾਹਿਬ ਤੇ ਹਮਲੇ ਦੀਆਂ ਗੱਲਾਂ ਕਰਦੇ ਰਹੇ ਨੇ ਜਿਹੜੇ ਉਸ ਦੌਰ ਦੇ ਅੰਦਰ ਹਮਲੇ ਦੌਰਾਨ ਰਹੇ ਉਹਨਾਂ ਨਾਲ ਅਸੀਂ ਲਗਾਤਾਰ ਗੱਲਬਾਤ ਕਰਦੇ ਆ ਸਾਡੇ ਨਾਲ ਅਵਤਾਰ ਸਿੰਘ ਖਾਲਸਾ ਵਰਪਾਲ ਨੇ ਜਿਹੜੇ 3 ਜੂਨ ਨੂੰ ਉਥੇ ਸਨ ਜਿਨ੍ਹਾਂ ਦੀ ਗ੍ਰਿਫਤਾਰੀ ਬਾਅਦ ਚੋਂ ਹੁੰਦੀ ਹੈ ਸਾਡੇ ਨਾਲ ਨੇ ਗੱਲਬਾਤ ਉਹਨਾਂ ਨਾਲ ਸ਼ੁਰੂ ਕਰਦੇ ਆ ਸਵਾਗਤ ਹੈ ਖਾਲਸਾ ਜੀ ਪੂਰੇ ਪੰਜਾਬ ਟੀਵੀ ਤੇ ਅ ਸਭ ਤੋਂ ਪਹਿਲਾਂ ਮੈਂ ਵਰਪਾਲ ਜੀ ਇਹ ਪੁੱਛਣਾ ਚਾਹੂੰਗਾ ਕਿ ਤੁਸੀਂ ਕਿਵੇਂ ਆਏ ਉੱਥੇ ਕੀਦੇ ਸੱਦੇ ਤੇ ਆਏ ਸੀ ਕਿਸ ਦਿਨ ਉੱਥੇ ਪਹੁੰਚੇ ਸੀ ਅਸੀਂ 1 ਜੂਨ ਜਿਹੜੀ ਗੋਲੀ ਚੱਲੀ ਆ ਸੀ ਆਰਪੀ ਵਾਲੋ ਸਿੰਘ ਵਿਛੀਦ ਹੋਏ ਆ ਉਹਨਾਂ ਦਾ ਪਤਾ ਲਾਣ ਵਾਸਤੇ ਸੰਤਾ ਕੋਲ ਆਏ ਹਾਂ 1 ਜੂਨ ਸੰਤਾ ਨਾਲ ਮੁਲਾਪ ਸਾਡਾ ਨਹੀਂ ਹੋਇਆ ਪਈ ਅਮਰੀਕ ਸੋ ਨਾਮ ਲਾਪ ਹੋਇਆ ਉਹਨਾਂ ਕਹਿੰਦੇ ਉਹ ਆਇਓ ਜਿਨ੍ਹਾਂ ਨੂੰ ਜਾਨ ਨਹੀਂ ਲੋੜੀ ਤੀ ਅਸੀਂ ਅਲਾਸਮੈਂਟ ਪਿੰਡ ਚ ਨਹੀਂ ਕਰ ਸਕਦੇ ਸੰਤਾਂ ਤੇ ਵੈਸੇ ਸਾਨੂੰ ਕਿਹਾ ਸੀ ਕਿ ਤੁਹਾ ਜਦੋਂ ਗੋਲੀ ਚੱਲੇ ਦਰਵਾਜ਼ੇ ਤੇ ਹਮਲਾ ਹੋਵੇ ਤੋਹਾ ਅੰਮਰਸਰ ਨੂੰ ਨਹੀਂ ਆਉਣਾ ਪਰ ਕੋ ਸਿੰਘ ਪ੍ਰੇਮੀ ਹੀ ਸੰਤ ਜਰਨੈਲ ਸੋ ਦੇ ਸੰਤ ਕਰਤਾਰ ਸੋ ਦੇ ਸੰਤ ਗੁਰਬਚਨ ਸਿੰਘ ਦੇ ਤਿੰਨਾਂ ਪੀੜੀਆਂ ਤੋਂ ਉਹਦੇ ਵੀ ਨਹੀਂ ਜਿੱਥੇ ਸੰਤ ਉੱਥੇ ਜਾਣਾ ਅਸੀਂ 15 ਜਾਣੇ ਪਿੰਡੋਂ ਰੇੜਾ ਕੋੜਾ ਟਾਂਗਾ ਕਰਕੇ ਰਫੂ ਲੱਗਾ ਸੀ ਤੇ ਸ਼ੀਦੀ ਪਹੁੰਚੇ ਦੋਧਾਂ ਇਕੱਠਾ ਕਰ ਲਿਆ ਪਿੰਡੋਂ ਗੁਰ ਆਮ ਦਾ ਲੰਗਰ ਵਾਸਤੇ ਤੇ ਦਰਬਾਰ ਸਾਹਿਬ ਜਾਣ ਦੀ ਤਿਆਰੀ ਕਰਕੇ ਅਗਲੇ ਵੇਸ਼ੀ ਦਾ ਮੇਨ ਬਜ਼ਾਰ ਜਿਹੜਾ ਬਾਬਾ ਟਾਲ ਤੋਂ ਪਹਿਲਾਂ ਉਥੇ ਮਸ਼ੀਨ ਗਨ ਬੈਠ ਕੇ ਆਰਮੀ ਦਾ ਜਵਾਨ ਬੈਠਾ ਸੀ ਉਹਨੇ ਸਾਨੂੰ ਅੰਦਰ ਨਹੀਂ ਜਾਣਤਾ ਅੱਗੇ ਨਹੀਂ ਜਾਣਤਾ ਉਹਨੇ ਕਿਹਾ ਮੈਨੂੰ ਇਸ ਤੋਂ ਹੁਕਮ ਜੇ ਇਹ ਤੋਂ ਗਾਂ ਅੱਗੇ ਆਏ ਤਾਂ ਮੈਂ ਸ਼ੂਟ ਕਰ ਦੇਣੀ ਜੀ ਫੇਰ ਅਹੀਂ ਗਲੀਆਂ ਗੁਲੀਆਂ ਸਾਡੇ ਕੋਸ਼ਿਸ਼ ਕੀਤੀ ਕਿ ਦੁੱਧ ਗੁਰਾਂ ਦਾਸ ਦੇ ਲੰਗਰ ਚ ਪਹਚਾ ਦਈਏ ਦੋ 700 ਬਥੇਰਾ ਸੀ ਬੱਦਰਮੀਆਂ ਭਰ ਕੇ ਲੈ ਆਏ ਹਾਂ ਤੇ ਨਹੀਂ ਅਹੀਂ ਕਾਮਯਾਬ ਨਹੀਂ ਹੋਈ ਫੇਰ ਅਹੀਂ ਬਵੇਗ ਸਾਰਾਂ ਕੇ ਬੇਗ ਬਵੇਗ ਸਾਰ ਬਹਿ ਕੇ ਸਾਡਾ ਜਥਾ ਥੋੜਾ ਹੋਰ ਵੱਡਾ ਹੋ ਗਿਆ ਗੁਰੂ ਕੇ ਬਾਗ ਤੋਂ ਤਰਨਤਾਰਪੁਰ ਤੋਂ ਕਾਰਸੇਵਾਲੀ ਉਹਨਾਂ ਕੋਲ ਇੱਕ ਜੀਪ ਵੀ ਸੀ ਉਹ ਆਣ ਕੇ ਬਹਿ ਗਏ ਅਹੀਂ ਤੇ ਘਰੋਂ ਫਤੇ ਬੁਲਾ ਕੇ ਆਏ ਹਾਂ ਪਿਆਹਾਂ ਵਾਪਸ ਨਹੀਂ ਆਉਣਾ ਜਿਸੇ ਸੰਤ ਰਹਿਣਗੇ ਜਿਓ ਸੰਤ ਜੋ ਸੰਤਾਨ ਹੋਊਗਾ ਉਹ ਸਾੜਨਾ ਹੋਊਗਾ ਸੰਤਾਨ ਨਾਲਾ ਪ੍ਰੇਮ ਸੀ ਸੰਤ ਘਰ ਵੀ ਆਏ ਮਰਪਾਲ ਵੀ ਆਉਂਦੇ ਜਾਂਦੇ ਰਹਿੰਦੇ ਸੀ ਤੇ ਉਥੇ ਆਹ ਤਿਆਰੀ ਕੀਤੀ ਸਲਾਹ ਕੀਤੀ ਪਰ ਚਲੋ ਜੀ ਅੰਦਰ ਬਾਸਮ ਨਹੀਂ ਜਾਇਆ ਜਾਂਦਾ ਕੋਈ ਹੋਰ ਕੰਮ ਕਰ ਲਈਏ ਜਿਹਦਾ ਸ਼ਿਦੀ ਹੋ ਜੇ ਨਹਿਰ ਤੇ ਚੁੰਕੀ ਸੀ ਆਰਪੀ ਦੀ ਸੀ ਉਹਨੂੰ ਜਾ ਕੇ ਅਲਾ ਬੋਲਤੀਏ ਇੱਕ ਸੜਕੋ ਸੇਂਗ ਹੀ ਉਹ ਕੋ ਫੌਜੀ ਦਰਾਈ ਸੀ ਉਹ ਕੋ ਰਸਾਂ ਸੀ ਪਰ ਉਹਨੇ ਵਚਨ ਕੀਤਾ ਵੀ ਮੈਂ ਤਾਂ ਚਲੋ ਕੋਈ ਨਾ ਕੋਈ ਕਰੂੰਗਾ ਪਰ ਤੁਹਾਡਾ ਕੋ ਕਰਪਾਣਾ ਸਾਰ ਕੋ ਸਿਰਫ ਕਰਪਾਣਾ ਹੀ ਕਿ ਉਹਨਾਂ ਸ਼ੂਟ ਕਰਕੇ ਤੁਹਾਡੇ ਸਾਰੇ ਭੰਦਣਾ ਸਾਡੀ ਸਲਾਹ ਕਾਮਯਾਬ ਨਹੀਂ ਹੋਈ ਤਿੰਨ ਚਾਰ ਵਜੇ ਤੱਕ ਅਸੀਂ ਸਲਾਹ ਕਰਦੇ ਰਹੇ 4 ਵਜੇ ਵਿਵੇਕ ਸਰ ਸਾਨੂੰ ਪਤਾ ਲੱਗਾ ਵੀ ਉਹਨਾਂ ਢਿਲ ਦਿੱਤੀ ਆ ਜਿਹਨਾਂ ਦਰਬਾਰ ਸਾਹਿਬ ਬਾਹਰ ਨਿਕਲਣਾ ਉਹਨੇ ਗੋਲ ਅਹੀਂ ਹੋਟਲ ਚੰਦਰਬਾਰ ਸਾਹਿਬ ਪਹੁੰਚ ਗਏ ਤਿੰਨ ਜੂਨ ਨੂੰ ਅਸੀਂ 4 ਵਜੇ ਨਾਲ ਦਰਬਾਰ ਸਾਹਿਬ ਐਂਟਰੀ ਹੋ ਗਈ ਜਾ ਕੇ ਫਾਈਲ ਚ ਬੇਖਸਾਈ ਮਿਲੇ ਅੰਕ ਤੇ ਆਮ ਜਿੱਦਾਂ ਹੁੰਦੇ ਉਦਾਂ ਹੀ ਬੈਠਾ ਰਮਨਦਰ ਸਾਹਮਣੇ ਉਹਨਾਂ ਨੇ ਕਿ ਭੀ ਇਹ ਪਤਾ ਕੋਈ ਨਹੀਂ ਕਿਹੜੇ ਵੇਲੇ ਗੋਲੀ ਆ ਜਣੀ ਆ ਕਿ ਆੜ ਲੈ ਕੇ ਪਾਓ ਕਿ ਸਿਰ ਸਾਹਮਣੇ ਨਾ ਬੋ ਨੀ ਜਨਰਲ ਸੁਖਬੀ ਸਿੰਘ ਕਿੱਥੇ ਮਿਲੇ ਕਿੱਥੇ ਉਹਨਾਂ ਨਾਲ ਮੁਲਾਕਾਤ ਕਿੱਥੇ ਹੋਈ ਹਰਮਨਦਰ ਸਾਹ ਦੇ ਸਾਹਮਣੇ ਅਕਾਲ ਸਾਖ ਦੇ ਸਾਹਮਣੇ ਵਿਚਕਾਰ ਜਿਹੜਾ ਵੇੜਾ ਹਮ ਉੱਥੇ ਉਹਨਾਂ ਸਾਨੂੰ ਉੱਥੋਂ ਗਾਮਸ਼ਾ ਕਰਤਾ ਮੁੜ ਕੇ ਸਾਡੀ ਡਿਊਟੀਆਂ ਲੱਗ ਗਈਆਂ 3 ਜੂਨ ਨੂੰ ਰਾਤ 10 ਵਜੇ ਦਾ ਇਹਨਾਂ ਸੀਆਈਡੀਫੀ ਨਾਲ ਹਮਲਾ ਕਰਨਾ ਦੋ ਸਿੰਘ ਜਿ세 ਦੇ ਚਾਰ ਸਿੰਘ ਵਰਪਾਲ ਪਿੰਡ ਦੇ ਹਨ ਸਾਡੀ ਸ਼ਿਆ ਸਿੰਘਾਂ ਡਿਊਟੀ ਮੱਜੀ ਸਾਹਿਬ ਜਿਹੜਾ ਰਾਹ ਜਾਂਦਾ ਬਕਰਮਾ ਦਾ ਬਕਰਮਾ ਵਿੱਚ ਸਾਡੀ ਡਿਊਟੀ ਲੱਗੀ ਪਈ ਜਦੋਂ ਇਹ ਰਸਤੇ ਹਮਲਾ ਆਵੇ ਸੀਆਰਪੀ ਆਵੇ ਜਾਂ ਆਰਮੀ ਆਵੇ ਤੋਂ ਹਾਂ ਰੋਕਣਾ ਇਹਨਾਂ ਰਾਤ ਹਮਲਾ ਨਹੀਂ ਹੋਇਆ 10 ਜੂਨ ਨੂੰ ਇਹ 3 ਜੂਨ ਨੂੰ 10 ਵਜੇ ਹਮਲਾ ਨਹੀਂ ਹੋਇਆ ਦਿਨ ਚੜ ਗਿਆ ਦਿਨ ਚੜੇ 4 ਵਜੇ ਅਸੀਂ ਬੇਸ ਰੇਜ ਹੋ ਕੇ ਪਈ ਹੁਣ ਸਾਰਾ ਜਾਗਦੇ ਰਹੇ ਅਸੀਂ ਮਾੜਾ ਲੰਮੇ ਪਏ ਤੇ ਦੋ ਦੇ ਦੋ ਸਿੰਘ ਜਿਹੜੇ ਜੱਤੇ ਦੇ ਉਹ ਚੱਲ ਗਏ ਉੱਥੇ ਅਕਾਲ ਤਖਤ ਉਦੋਂ ਗੜਮ ਗੜਮ ਗੋਲੇ ਜਿਹੜੇ ਲਗਾਤਾਰ ਅਕਾਲ ਤਖਤ ਜੋ ਕੇ ਮਹਲਾਂ ਤੋਂ ਆਪਾਂ ਬੀੜੀਆਂ ਦੱਸਦੇ ਸੀ ਅਕਾਲ ਤਖਤ ਦੇ ਮੋਰਚੇ ਦੇ ਉੱਤੇ ਆਣ ਕੇ ਗੋਲੇ ਵੱਜੇ ਮੁਰਕੇ 8:00 ਵਜ ਗਏ 8:00 ਵਜ ਗਏ ਗਿਆਨੀ ਪੂਰਵ ਸਿੰਘ ਦਾ ਘਰ ਬਾਬਾ ਦੀਪ ਸਿੰਘ ਸਮਾਧੇ ਲੱਗ ਜਿਹੜਾ ਪੜੀ ਜਲਦੀ ਸੀ ਤਾਂ ਉਧਰ ਸੀ ਉਧਰ ਜਾਣ ਨੂੰ ਕਿਹ ਦੇਖ ਸਿੰਘ ਜਾਣ ਲੱਗਾ ਉਹਦੇ ਕੰਨ ਤੇ ਗੋਲੀ ਵੱਜੀ ਉਹਨੇ ਹਾਈਵੇ ਨਹੀਂ ਕੀਤੀ ਪਾਣੀ ਨਹੀਂ ਮੰਗਿਆ ਅਸੀਂ ਭੱਜ ਗਏ ਹਮਦਰਦੀ ਤੌਰ ਤੇ ਜਿੱਦਾਂ ਜਾਇਦਾ ਤੇ ਮੋਜ ਪਾਣੀ ਪਾਈਏ ਸਾਨੂੰ ਲੋਕਾਂ ਨੇ ਜਿਹੜੇ ਹਵਰ ਸੀ ਉੱਥੇ ਉਹਨਾਂ ਕਰਵਾ ਲਿਆ ਪਿਆ ਇੱਥੇ ਰੇਜ ਆਉਂਦੀ ਏ ਇਹ ਮਾਰਿਆਗਾ ਤੁਸੀਂ ਮਾਰੀ ਜਾਓ ਪਿਛਾਂ ਆ ਜਾਓ ਫਿਰ ਥੋੜਾ ਜਿਹਾ ਬਚ ਪਚਾ ਕੇ ਅਸੀਂ 10:00 ਵਜੇ ਅਗਲਾ ਆਰਡਰ ਲੈਣ ਵਾਸਤੇ ਫਿਰ ਉੱਥੇ ਪਹੁੰਚੇ ਚਾਰ ਜੂਨ ਨੂੰ ਸਾਨੂੰ ਦਿਨੇ ਕੂਠਾਪਿਆਰ ਜਿਹੜਾ ਸ਼ਬੀਲ ਜਿਹੜੀ ਉਧਰ ਦੇ ਪਾਸੇ ਚਾਰ ਕਮਜਲਾ ਚ ਬਾਰਾ ਸੀ ਕੰਪਲੈਕਸ ਤੋਂ ਬਾਹਰ ਬਾਹਰ ਇਹ ਜਨਰਲ ਸੇ ਵੇਖ ਸਕਦਾ ਹੈ ਕਿ ਜਪੂਰ ਆਰਮੀ ਇੱਥੇ ਅਣਕ ਕਬਜ਼ਾ ਕਰੂਗੀ ਤੇ ਮੋਰਚਾ ਬਣਾਉਗੀ ਕਾਲਸਾ ਅਟੈਕ ਕਰਨ ਵਾਸਤੇ ਇਹ ਚਾਰੇ ਤੋਂ ਹਾਂ ਕਬਜ਼ਾ ਨਹੀਂ ਹੋਣ ਦੇਣਾ ਸਾਨੂੰ ਉਹਨਾਂ ਦਾ ਸਮਾਨ ਥੋੜਾ ਬਹੁਤ ਦੇ ਕੇ ਤੇ ਉੱਥੇ ਲਾਤੀ ਡੁੜੀ ਆਪਣੇ ਕੰਪਲੈਕਸ ਦੀ ਵੀ ਜਦੋਂ ਗੇਟ ਤੋੜ ਕੇ ਚਾਰੇ ਦੇ ਕਬਜ਼ਾ ਕਰਨਾ ਚਾਵੇ ਆਰਮੀ ਆ ਸੀਆਰਪੀ ਤਾਂ ਹਾਂ ਉਹਨਾਂ ਚਾਰੇ ਤੇ ਨਹੀਂ ਜਾਣ ਦੇਣਾ ਉਧਰ ਕੋਈ ਨਹੀਂ ਉਹ ਪਾਸੇ ਕੋਈ ਸੀਆਰਪੀ ਦਾ ਕੋਈ ਆਰਮੀ ਦਾ ਕੋਈ ਪੁਲਿਸ ਦਾ ਬੰਦਾ ਉਧਰ ਕੋਈ ਨਹੀਂ ਸਿਰਫ ਯੂਰ ਹੀ ਸਿਰਫ ਸਰਾਵਲੇ ਪਾਸੇ ਜਾਂ ਘੰਟਾ ਘਰ ਵਾਲੇ ਪਾਸੇ ਅਹੀਂ ਤੇ ਗਏ ਐਸੇ ਕੰਮ ਨਾ ਪਰ ਜੇ ਨਿਕਲਣਾ ਚਾਹੁੰਦੇ ਤੇ ਉਧਰ ਦੀ ਹੀ ਨਿਕ ਸਕਦੇ ਅਹੀਂ ਨਿਕਲਣ ਵਾਸਤੇ ਨਹੀਂ ਹੈ ਜਿਹੜੀ ਗੱਲ ਆ ਅਸੀਂ ਤੇ ਉੱਥੇ ਦਰਬਾਰ ਸਾਹਿਬ ਦੀ ਰੱਖਿਆ ਵਾਸਤੇ ਜਿਹੜੇ ਨਵੇਂ ਬੰਦੇ ਆਉਂਦੇ ਸੀ ਉਹਨਾਂ ਨੂੰ ਅਸਲਾ ਦੀ ਡਿਊਟੀ ਜਰਨਲ ਸੁਖ ਸਿੰਘ ਦੀ ਸੀ ਯਾਨੀ ਜਿਵੇਂ ਤੁਹਾਨੂੰ ਵੀ ਅਸਲਾ ਉਹਨਾਂ ਨੇ ਦਿੱਤਾ ਉਹਨਾਂ ਦੀ ਡਿਊਟੀ ਸੀ ਜਿਹੜੇ ਨਵੇਂ ਜਥੇ ਆ ਰਹੇ ਨੇ ਜਥੇ ਸਿੰਘ ਵੀ ਗਏ ਜਥੇ ਸਿੰਘ ਵੀ ਗਏ ਜਥੇਦ ਸਿੰਘਾਂ ਨੂੰ ਡਿਊਟੀ ਲਈ ਅਸਲਾ ਜਿਹੜਾ ਦਿੰਦੇ ਸੀ ਉਹ ਜਨਰਲ ਸੁਬੀਖ ਸਿੰਘ ਹੀ ਦਿੰਦੇ ਸੀ ਨਹੀਂ 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 ਹਾਂ ਜਥੇਦ ਸਿੰਘ ਜਥੇਦੇ ਸਿੰਘ ਬਲਕਿ ਕਹਿੰਦੇ ਜਨਰਲ ਸੀ ਕਮਾਂਡ ਕਰਦੇ ਜਨਰਲ ਸੁਬੀਖ ਸਿੰਘ ਕਮਾਂਡ ਕਰਦੇ ਕਿ ਕਿਸੇ ਕਿਸੇ ਡਿਊਟੀ ਨਿਭਣੀਆਂ ਜਿਹੋ ਜਿਹੇ ਸਿੰਘ ਉਹ ਜਿਹੇ ਡਿਊਟੀਆਂ ਜਿੱਦਾਂ ਘੰਟਾ ਕਰ ਲਾਤੀ ਕਿਸੇ ਦੀ ਲੰਗਰ ਹਾਲ ਤੇ ਲਾਤੀ ਦੋ ਇਹਨਾ ਪਾਰ ਕਰ ਰਿਆ ਨਾ ਇੱਕ ਸੰਤਾਂ ਦਾ ਇੱਕ ਸ਼੍ਰੋਮਣੀ ਕਮੇਟੀ ਦਾ ਲੰਗਰ ਹਾਲ ਤੇ ਬਕਰਮਾ ਸਾਰੀ ਸੰਤਾਂ ਦੇ ਏਰੀਆ ਬਣਾਤਾ ਇਹਨਾਂ ਬਾਬਾ ਟੱਲ ਤੇਜਾ ਸਮੁੰਦਰੀਆ ਬਬਰਾਂ ਦਾ ਸ਼੍ਰੋਮਣੀ ਕਮੇਟੀ ਦਾ ਇਬਾਤ ਫਿਰ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ ਚਾਰ ਨੂੰ ਗੋਲੀ ਚੱਲਦੀ ਰਹੀ ਜਿਆਦਾ ਨਹੀਂ ਗੋਲੀ ਚੱਲੀ ਚਾਰ ਨੂੰ ਸਾਰਾ ਦਿਨ ਰਾਤ ਵੀ ਜਿਆਦਾ ਨਹੀਂ ਗੋਲੀ ਚੱਲੀ ਮਾੜੀ ਮਾੜੀ ਗੋਲੀ ਚੱਲਦੀ ਰਹੀ ਆ ਅਸੀਂ ਚਲਾਉਂਦੇ ਰਹੇ ਇਹ ਵੀ ਚੱਲਦੀ ਰਹੀ ਆ ਸਾਡੇ ਸਿੰਘ ਵੀ ਚਲਾਉਂਦੇ ਰਹੇ ਤੇ ਬਾਹਰ ਵੀ ਸ਼ੀਤ ਹੁੰਦੇ ਰਹੇ ਉਹਨਾਂ ਦੇ 5 ਜੂਨ ਨੂੰ ਸ਼ਾਮ ਨੂੰ 4 ਵਜੇ ਸੰਤਨ ਮੜਨ ਗਏ ਅਕਾਲ ਤਖਤ ਸੰਤ ਸਵਿਚਾਰ ਲਈ ਮੰਜ਼ਿਲ ਤੇ ਉੱਥੇ ਹੀ ਜਿੱਥੇ ਸਾਹਮਣੇ ਮੱਥਾ ਟੇਕੀ ਦਾ ਸਾਡੀ ਉਥੇ ਵਾਕ ਫਤਾਈ ਗਈ ਹੋਈ ਗੱਲਬਾਤ ਕੋਈ ਨਹੀਂ ਹੋਈ ਗਿਆਨੀਪੁਰੋਂ ਸੋ ਨਾਲ ਗੱਲਬਾਤ ਚੱਲ ਰਹੀ ਸੀ ਫੇ ਤੁਸੀਂ ਜਾਓ ਹਰਮੰਦਰ ਸਾਹਿਬ ਤੇ ਆਖਰੀ ਸਵਾਸਾਂ ਤੱਕ ਤੋਹਾਂ ਤਾਬਿਆ ਰਹਿਣਾ ਹਰਮੰਦਰ ਸਾਹਿਬ ਅੰਦਰ ਜਾ ਕੇ ਤੋਹਾਂ ਤਾਬਿਆ ਰਹਿਣਾ ਅਹੀਂ ਉਥੇ ਮਾੜੇ ਮਾੜ ਬਜਮਲਾਦ ਕਰਕੇ ਤੇ ਅਹੀਂ ਫੇਰ ਲਾਲ ਜੋੜੀ ਸਾਡਾ ਮੋਰਚਾ ਸੀ ਉਥੇ ਆ ਗਏ ਲਾਲ ਜੋੜੀ ਸੱਜੇ ਹੱਥ ਕਾਲ ਤੱਕ ਦੇ ਸਾਹਿਬ ਤੇ ਲਾਲ ਜੋੜੀ ਪੰਜ ਨੂੰ ਰਾਤ ਨੂੰ ਇਹਨਾਂ ਸਾਰੇ ਹੀ ਲਿਵਰ ਤੇ ਹੈਲੀਕਾਪਟਰ ਕਮਾਂਡੋ ਦੱਸਦੇ ਟੈਂਕ ਵੀ ਦੁਖਬੰਨ ਬੇਰੀ ਵਾਲੇ ਪਾਸਿਓ ਮਲਕੀਨਾ ਕੀਆ 5 ਜੂਨ ਰਾਤ ਨੂੰ ਪੂਰਾ ਯੋਰਨ ਆਇਆ ਬੱਤੀ ਪਾਣੀ ਬੰਦ ਹਨੇਰਾ ਸਾਡੇ ਵੀ ਇਨਾ ਖਾਕੀ ਪਰਨੇ ਨਾ ਬਣਾਏ ਸੀ ਉਧਰ ਉਧਰ ਮਾੜਾ ਮੋੜ ਜਾਣ ਗਾਮ ਭਜਾਣ ਨੂੰ ਬਿਨਾਂ ਪਛਾਣੇ ਜਾਓ 1 ਜੂਨ ਰਾਤ ਨੂੰ ਇਹਨਾਂ ਅਖੀਰ ਕਰਤੀ ਇਹ ਮਰਦੇ ਦੀਦੇ ਰਹੇ ਆਰਮੀ ਵਾਲੇ ਪਰ ਇਹ ਉਸੇਲ ਚੁੱਕੇ ਲੈ ਜਾਂਦੇ ਹੀ ਸਾਡੇ ਸਿੰਘ ਮੋਰਚਿਆਂ ਜੀ ਜਿਹੜੇ ਇਧਰਲੇ ਪਾਸੇ ਤੇ ਗੋਲੇ ਮਾਰਦੇ ਟੈਂਕਾਂ ਦੇ ਆਇਲ ਬੰਮ ਮਾਰਦੇ ਹੀ ਮੋਰਚੇ ਤਬਾਹ ਕਰ ਜਾਂਦੇ ਸੀ ਪੰਜੋਂ ਰਾਤੋਂ 6 ਜੂਨ ਤੜਕੇ 4 ਵਜੇ ਸਾਡੇ ਕੋਲੇ ਪਹੁੰਚ ਗਏ ਤੜਕੇ ਇਹਨਾਂ ਤਸਕੀਰ ਬਣ ਸਰਕਾਰ ਰਿਆ ਗੋਲੀ ਚੱਲਣ ਵਾਲੀ ਮੋੜ ਬੰਦ ਹੋ ਗਈ 6 ਜੂਨ ਨੂੰ ਤੜਕੇ 4 ਵਜੇ ਨਾਲ ਸਾਰਾ ਦਿਨ ਮੜੀ ਮੋੜ ਕੋਲ ਚੱਲਦੀ ਰਹੀ ਜਿੱਥੇ ਕੋਈ ਸਿੰਘ ਆ ਗਿਆ ਜਿੱਥੇ ਕੋਈ ਆਰਮੀ ਦੀਦਾ ਹੀ ਜਿੱਥੇ ਕਿਸੇ ਦਾ ਦਾ ਲੱਗਦਾ ਚਲਾਈ ਗਿਆ ਪੋਸਟ ਵਿੱਚ ਸ਼ਾਮੀ 2:30 ਵਜੇ 6 ਜੂਨ ਨੂੰ ਇਹਨਾਂ ਲਾਉਸਮੈਂਟ ਕੀਤੀ ਬੜੀ ਤੜੀ ਨਾ ਆਰਮੀ ਵਾਲਿਆਂ ਪੇ ਹਿੰਦੁਸਤਾਨ ਦੀ ਸਰਕਾਰ ਨੇ ਲੜਾਈ ਜਿੱਤ ਲਈ ਆ ਪਿੰਡਰਾ ਆਪਣੇ ਸਾਥੀਆਂ ਸਮੇਤ ਹੀ ਬਾਹਰ ਆ ਜੇ ਮਲਕੀ ਪੂਰੇ ਰੋਬ ਜੇ ਨਾ ਤੜੀ ਨਾ ਲਾਉਸਮੈਂਟ ਕੀਤੀ ਗੋ ਸਿੰਘਾਂ ਨੇ ਸਿੰਘਦ ਗਏ ਸੀ ਸਿੰਘਾਂ ਦਾ ਪਤਾ ਸੀ ਜੋ ਕੁਝ ਹੋਣਾ ਇੱਥੇ ਜਾਨ ਬਚਣ ਵਾਸਤੇ ਗੱਡੀ ਕੋਈ ਨਹੀਂ ਸਿੰਘਾਂ ਨੇ ਫਿਰ ਫੇਰਿੰਗ ਕੀਤੀ ਗੋਲੇ ਚੱਲੇ 15 20 ਮੀਟਰ ਦਾ ਕਿਹੜਾ ਗੋਲੀ ਚੱਲੀ ਦੋ ਪਾਸਿਆਂ ਤੋਂ ਫਿਰ ਇਹਨਾਂ ਦੂਜੇ ਪਾਸੇ ਲੋਸਮੈਂਟ ਕੀਤੀ ਨਿਮਰਤਾ ਨਾਲ ਪਿਆ ਹਿੰਦੁਸਤਾਨ ਦੀ ਆਰਮੀ ਜਿਹੜੀ ਆਪਣੇ ਬਚਨਾਂ ਤੇ ਪੱਕੀ ਆ ਕਿਸੇ ਦੀ ਜਾਨ ਨਹੀਂ ਮਾਰੀ ਜਾਊਗੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਤੁਸੀਂ ਅਸਲਾ ਮੇਤਾ ਬਾਰਾਜੋ ਫਿਰ ਸਿੰਘਾ ਗੇਟਮੈਂਟ ਆਪਸੇ ਚੇ ਮੇਲੀ ਹੋਦ ਰੋਦਰੀ ਤੇ ਫਿਰ ਬਾਹਰ ਨਿਕਲੇ ਮੈਨੂੰ ਗੋਲੀ ਜਿਹੜੀ ਵੱਜੀ ਆ ਦੋ ਵਜੇ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਕਿੰਨੀਆਂ ਗੋਲੀਆਂ ਵੱਜੀਆਂ ਸੀ ਮੈਨੂੰ ਹਰਮੰਦਰ ਸਾਹਿਬ ਵਾਲੀ ਗੱਲ ਜੀ ਵੱਖੀ ਚ ਉਹਦਾ ਮੇਰਾ ਕੁਝ ਪਿਗੜਿਆ ਨਹੀਂ ਦੁਪਹਿਰੇ 2 ਵਜੇ ਜਿਹੜੀ ਦਰਸ਼ਨ ਜਿਹੜੀ ਦਰਬਾਰ ਸਾਹਿਬ ਦੀ ਹਰਮੰਦਰ ਸਾਹਿਬ ਦੀ ਉਹ ਐ ਮਚਰੇ ਹੈ ਜਿਹਦਾ ਹੁਣ ਵੀ ਡਿੱਗੀ ਹੋਣੀ ਵੀ ਡਿੱਗੀ ਰਾਗੀ ਸਿੰਘ ਦੋ ਹੱਥੋਂ ਘੋੜੀ ਬਣ ਕੇ ਲਾਲ ਜੋੜੀ ਆਏ ਜਿਹੜਾ ਵੇੜਾ ਵਾ ਉਹਨਾਂ ਸਫਰ ਜਿਹੜਾ ਉਹ ਗੋੜੀ ਬਣ ਕੇ ਤੇ ਉਹ ਲਾਲ ਡੁੱਢ ਆਈ ਜਿੱਥੇ ਮੈਂ ਆਸਾ ਉਹ ਮੋਰਚੇ 28 29 ਸਿੰਘ ਸ਼ੀਤ ਸੀ ਮੇਰੇ ਜਿੱਥੇ ਮੈਂ ਲਾਲ ਡੁੱਢੀ 28 29 ਸਿੰਘ ਸ਼ੀਤ ਸੀ ਫਿਰ ਆਏ ਦੋ ਸਿੰਘ ਹਾਂ ਮੇਰਾ ਕੁਝ ਨਹੀਂ ਵਿਗੜਿਆ ਤੇ ਉਹ ਸਿੰਘ ਜਿਹੜਾ ਸੈਕਦਾ ਉਹਨੂੰ ਪਾਣੀ ਪੁਣੀ ਪਿਉਂਦਾ ਰਿਆ ਪਿੰਡ ਦਾ ਸਿੰਘ ਸਤਸਕਰਤਾਰ ਸਿੰਘ ਤੇ ਜਦੋਂ ਉਹ ਦੋ ਸਿੰਘ ਆਏ ਇਹਨਾਂ ਟੈਂਕਾਂ ਦੇ ਗੋਲੇ ਮਾਰੇ ਦੁੱਖ ਭੰਜਨ ਬੇਰੀ ਵਾਲੋਂ ਨਾਲ ਹੀ ਗੋਲੀ ਚਲਾਈ ਇਹਨਾਂ ਗੋਲੀ ਚ ਨਹੀਂ 15 ਮਿੰਟ ਅੱਧੇ ਕਿੰਚੋਂ ਪਿੱਛੇੋਂ ਮੈਂ ਉਹਨਾਂ ਪਿੱਛੇ ਆ ਬਚੇ ਜੇ ਜੇ ਉਹ ਸਿੰਘ ਹੈ ਰਾਗੀ ਸਿੰਘ ਉਹਦੇ ਅਸੀਂ ਬਚੇ ਮੈਨੂੰ ਵੱਜ ਗਈ ਜੇ ਉਹ ਗੋਲੀਦਾਰਾਂ 2 ਵਜੇ ਮੈਨੂੰ ਆ ਗੋਲੀ ਜਿਹੜੀ ਗੋਡੇ ਤੇ ਵੱਜੀ ਮੇਨ ਤੇ 2 ਵਜੇ ਵੱਜੀ ਗੋਲੀ ਮੇਨ ਤੇ ਬਾਅਦ ਜੋ ਐਨਾਨਸਮੈਂਟ ਕੀਤੀ ਆ ਚੁੱਕ ਕੇ ਮੈਨੂੰ ਇਹਨਾਂ ਕੱਢਿਆ ਸਿੰਘਾਂ ਨਹੀਂ ਰਾਗੀ ਸਿੰਘਾਂ ਨਹੀਂ ਕਿਉਂਕਿ ਮੇਰੀ ਤੇ ਮੇਨ ਨਾ ਡਿ ਜਿਹੜੀ ਆ ਉਹ ਟੁੱਟੀ ਪਈ ਸੂਰ ਦੀ ਗੋਲੀ ਵੱਜੀ ਤੇ ਲੋਕ ਜਿਹੜਾ ਨੁਕਸਰ ਚੁੱਕਾ ਸੀ ਕਿਸ ਥਾਂ ਤੇ ਵੱਜਿਆ ਸੀ ਤੁਹਾਡੇ ਕੋਲ ਆ ਗੋਡੇ ਤੇ ਕਿਹੜੀ ਥਾਂ ਤੇ ਸੀ ਆ ਗੋਡੇ ਤੇ ਮੇਨ ਅਡੀ ਇੱਥੇ ਤੁਹਾਡੇ ਵੱਜੀਆਂ ਮੇਨ ਅਡੀ ਤਿੰਨ ਗੋਲੀਆਂ ਇੱਕ 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 ਦੋ ਗੋਲੀਆਂ ਇੱਥੇ ਲੱਗੀਆਂ ਇੱਕ ਦੁਬਾਰਾ ਵਾਰ ਮਾਰੀ ਹੋਤੀ ਉਹ ਮਲੀ ਹਟ ਰੈਸਟ ਕਰ ਗੋਲੀ ਤੁਹਾਨੂੰ ਪਤਾ ਸੀ ਆਰਪੀਐਫ ਦੀ ਸੀ ਜਾਂ ਆਰਮੀ ਕੋਣ ਸੀ ਗੋਲੀ ਨਾਲ ਪਤਾ ਲੱਗ ਰਿਹਾ ਸੀ ਆਰਮੀ ਦੀ ਉਹ ਸਾਡੇ ਆਰਮੀ ਹਰਮੰਦਰ ਸੋ ਆਰਮੀ ਤੁਹਾਨੂੰ ਪਤਾ ਸੀ ਗੋਲੀ ਕਿਹਨੇ ਮਾਰੀ ਐ ਸਾਨੂੰ ਪਤਾ ਨਹੀਂ ਲੱਗ ਰਿਹਾ ਸੀ ਗੋਲੀ ਤਾਂ ਅੰਨੇ ਵਾਂ ਚੱਲਦੀ ਸੀ ਗੋਲੀ ਬਹੁਤ ਜਿਆਦਾ ਇੱਕ ਦੋ ਦੋ ਗੋਲੀਆਂ ਹੁਣ ਮਾਰੀਆਂ ਉਹਨਾਂ ਟੈਂਕਾਂ ਦੇ ਗੋਲੇ ਮਾਰਨਾ ਗੋਲੀ ਵੱਜੀ ਆ ਗੁਰਮੁਦਾਸ ਜਿੱਦਾਂ ਬਾਣੀ ਚ ਲਿਖਿਆ ਪ੍ਰਭ ਆਪੇ ਬਲਸਾਤ ਤੇ ਰੱਖੇ ਉਹ ਚਿੰਚਰਾਪੁਰ ਦੀਆਂ ਟੈਂਕਾਂ ਦੇ ਗੋਲੇ ਆ ਨਹੀਂ ਤੇ 4 ਵਜੇ ਮੈਨੂੰ ਉਹਨਾਂ ਚੁੱਕ ਕੇ ਕੱਢਿਆ ਬਾਹਰ ਬਾਹਰ ਕੱਢ ਦਿਆ ਸਾਰੇ ਮੈਨੂੰ ਬੱਟ ਮਾਰਨਾ ਸ਼ੁਰੂ ਕਰਤੇ ਉਹਨਾਂ ਜਿਹੜੇ ਦੋਸ ਸਿੰਘ ਉਹਨਾਂ ਨੇ ਬੱਟ ਮਾਰਨਾ ਸ਼ੁਰੂ ਕਰਤੇ ਆਰਮੀ ਵਾਲੇ ਨੇ ਬਾਹਾਂ ਸਾਡੀਆਂ ਬੰਨ ਲੀਆਂ ਬਾਹਾਂ ਬੰਨ ਕੇ ਦੋਸੇ ਆਟੋਮੈਟਿਕ ਲੱਗੇ ਆਟੋਮੈਟਿਕ ਖੜਕ ਕੇ ਉਹਨਾਂ ਸਾਰੀ ਹੱਥੇ ਬੰਨ ਛੱਡਿਆ ਪਾਣੀ ਗਰਮੀ ਸੀ 6 ਜੂਨ ਬਹੁਤ ਗਰਮੀ ਸੀ ਪਿਆਸ ਬਹੁਤ ਤੰਦੋਂ ਤੰਦੋਂ ਪਾਣੀ ਦਾ ਗਰਮੀ ਦੇ ਮਿੰਟ-ਮਿੰਟ ਨੂੰ ਪਿਸ਼ਮ ਪਾਣੀ ਚਾਹੀਦਾ। ਪਾਣੀ ਨਹੀਂ ਲਾਉਂਦੇ ਨੇ। 7 ਜੂਨ ਸਵੇਰੇ ਇਹ ਹੋਇਆ। ਵੀ ਜੋ ਆਪਾਂ ਕਹਦੇ ਨੇ ਹਿੰਦੂ ਸਿੱਖ ਹੈ ਇੱਕ ਤਾਂ ਹਿੰਦੂ ਸਿੱਖ ਹੈ ਇੱਕ ਤਾਂ। ਅੰਬਰਸਾ ਦੇ ਹਿੰਦੂ ਜਿਹੜੇ ਆ ਆਰਮੀ ਨੂੰ ਖੁਸ਼ ਕਰਨ ਵਾਸਤੇ। ਜੁੱਤੀਆਂ ਜ਼ਮੇਦ, ਟ੍ਰੈਲ ਸਿਕਟਾਂ ਪਾ ਕੇ ਮਿੱਠੇ ਪਾਣੀ ਦੀਆਂ ਅਛਬੀਲਾ ਜਿੱਦਾਂ ਲਿਹਾਜਦੀਆਂ ਆਰਮੀ ਨੂੰ ਖੁਸ਼ ਕਰਨ ਵਾਸਤੇ ਉਹ ਘੰਟਾ ਕਰੋ ਹਾਸ ਦੇ ਖੇਡ ਦੇ ਚੜਗਲੀਆਂ ਮਾਰਦੇ ਆਏ। ਆਟਾ ਮੰਡੀ ਤੱਕ। ਜਦੋਂ ਆਏ ਤੇ ਅਸੀਂ ਵਾਹ ਬਧੀਆਂ 500 ਸਿੰਘ ਹੈਗਾ ਹਾਂ ਹੀ ਉਹਤੇ ਰੈਸਟ ਕੀਤੇ ਜਿਹੜਾ ਉਹਨੇ ਬੰਨੇ ਅਹੀਂ ਸੋਚਿਆ ਮਰੇ ਤਾਂ ਆਈਏ ਮੈਨੂੰ ਬਚਣਾ ਤਾਂ ਹੈਗਾ ਨਹੀਂ ਗਿਆ ਤੇ ਜਦੋਂ ਆਏ ਉਹ ਅਹੀਂ ਉੱਠ ਕੇ ਕਿਸੇ ਨੇ ਸਿਰ ਮਾਰਿਆ ਵਾਹ ਬਧੀਆਂ ਹੀ ਕਿਸੇ ਨੇ ਲੱਤ ਮਾਰੀ ਮਟਰੀਆ ਟ੍ਰੇਨ ਆਈ ਉਹਨਾਂ ਦੇ ਜਿਹੜੀਆਂ ਆ ਮਾੜਾ ਮੋੜ ਇਨਸਾਨ ਕੀਤਾ ਡੋਲ ਡਲ ਗਿਆ ਟ੍ਰੇਨ ਤੇ ਮਾਰਿਆ ਲੱਤ ਲੱਗ ਜਾਈਦਾ ਸਿਰ ਲੱਗ ਜਾਈਦਾ ਡੇਕ ਪੈਣਾ ਉਹ ਹਜ਼ਰਾਂ ਸਾਨੂੰ ਬੱਟ ਬਾਰਨਾ ਸ਼ੁਰੂ ਕਰਤੇ ਉਹਨਾਂ ਪਛਾਣਤਾ ਪਹਿਲਾ ਗੇਮ ਇਹ ਬਣੇ ਕਿ ਲੈਣਾ ਚਲਾਈਆਂ ਫਟਾਏ ਗੋਦੀਨ ਘਾਉਣ ਲੱਗੇ ਆ ਇੱਕ ਮੁਸਲਮਾਨ ਕੇ ਅਫਸਰ ਆਇਆ ਉਹਨੇ ਕਿ ਬਈ ਨਾ ਟੈਂਕ ਚਲੇ ਕੁਚਲ ਕੇ ਮਾਰੋ ਇਹਨਾਂ ਪੁੱਛ ਕੇ ਇਸ ਵਾਸਤੇ ਰੱਖੋ ਵੀ ਇਹਨਾਂ ਅਸਲਾ ਕਿਸ ਤਰੀਕੇ ਨਾਲ ਕੀ ਹੋਇਆ ਕੀ ਨਹੀਂ ਹੋਇਆ ਮੜ ਗੋ ਸੈਮ ਤੇ ਸਾਡੀ ਉਹਨਾਂ ਜਾਨ ਉਥੇ ਨਹੀਂ ਲਈ ਟੈਂਕ ਵੱਦੀ ਨਹੀਂ ਲੰਘਾਇਆ ਨਾ ਟੈਂਕ ਅੱਗੇ ਲੰਘਿਆ ਹੀ ਆ ਬਾਬਾ ਦੀਪ ਸਹਾ ਸਮਾਦਾ ਜਿਹੜਾ ਉਹ ਤੋਂ ਗਾਂ ਆਟਾ ਮੰਡੀ ਵੱਲ ਤੱਕ ਲੈਣਾ ਬਣਾਈਆਂ ਸੀ ਉਹ ਤੋਂ ਟੈਂਕਾਂ ਘਾ ਨਹੀਂ ਲੰਘਿਆ ਕੱਟ ਉਹ ਇਹ ਬਾਬਤੀਸਾਂ ਸਮਾਦੇ ਸੁਗਾ ਸਤਜੂਲ ਨੂੰ ਇਹਨਾਂ ਜੋਂ ਕੱਢ ਕੇ ਬਾਹਰ ਖੜਿਆ ਬਕਰਮਾ ਜੇ ਮੈਂ ਤੁਰਿਆਗਾ ਮੜਾ ਮੋਟ ਜਦੋਂ ਘੰਟਾ ਘੜੇ ਪੌਣੀ ਚੜ੍ਹਨੀ ਆਈ ਮੇਰੇ ਪਿੰਡ ਦਾ ਗਰਮੇਸ਼ ਸਿੰਘ ਹੀ ਉਹਨੇ ਕੋਸ਼ਿਸ਼ ਕੀਤੀ ਕਿ ਮੋਢਾ ਦੇ ਕੇ ਦੇਮ ਚੁੱਕੇ ਰਹਿ ਜਾ ਉਹਦੇ ਬੱਟ ਮਾਰ ਕੇ ਉਹਨੂੰ ਬਾਹਰ ਕੱਢਤਾ ਮੇਰੇ ਵੀ ਬੱਟ ਮਾਰਦੇ ਰਹੇ ਭਿੱਜਦਾ ਮਰ ਜੜ ਸਤਜੂਲ ਨੂੰ ਇਹਨਾਂ ਸ਼ਾਮੀ ਮੁੜ ਕੇ ਬਾਹਰ ਘੰਟਾ ਕਰਦੇ ਕੋਈ ਨਾ ਖਾਨ ਖਾਨ ਪੇ ਨੂੰ ਦਿੱਤਾ ਚੌਲ ਚਾਲ ਆ ਰਬ ਵਗੈਰਾ ਕੋਈ ਨਾ ਬਾਰ ਬਾਨ ਕੇ ਜਿਹੜਾ ਕ ਮੂਹ ਲ ਬੰਦੇ ਰਾਤ ਮਾਰਦੇ ਜਿਹੜਾ ਕ ਮੂਹ ਮਾਰਦੇ ਬਟ ਮਾਰਦੇ ਮਨ ਅੱਕੇ ਹੀ ਬਹੁਤ ਜਿਆਦਾ ਆਰਮੀ ਆਲੀ ਆਰਮੀ ਦਾ ਨੁਕਸਾਨ ਬਥੇਰਾ ਹੋਇਆ ਕਮਾਂਡੋ ਦਸਤੇ ਇਹ ਦੂਜੇ ਤੇ ਜਿਹੜਾ ਵਗੈਰਾ ਸਾਰੇ ਮਲਕੀ ਉਹਨਾਂ ਦਾ ਨੁਕਸਾਨ ਹੋਇਆ ਅੰਦਰ ਜਦੋਂ ਫਿਰ ਹੈਲੀਕਾਪਟਰ ਵਗੈਰਾ ਲਾਏ ਜਾ ਰਹੇ ਸੀ ਉਦੋਂ ਦੇਖਿਆ ਤੁਸੀਂ ਉਦੋਂ ਕੀ ਕੀ ਹੋਇਆ ਹੈ ਹੈਲੀਕਾਪਟਰ ਰਾਤ ਵਰਤੇ ਬੰਦਾ ਕੀ ਹੋਇਆਗਾ ਉਦੋਂ ਕੀ ਕਮਾਂਡੋ ਮਦੇ ਰੇਠਾਂ ਇਹ ਗੋਲੀਆਂ ਮਾਰਦੇ ਰਹ ਗੋਲੀਆਂ ਮਾਰ ਕੇ ਮਰਦੇ ਜਰੇ ਕੋਈ ਬੰਦੇ ਕਾਮਯਾਬੀ ਹੋਏ ਆਰਮੀ ਦੇ ਬੰਦੇ ਕੋ ਕਾਮਯਾਬ ਜਿਹੜੇ ਹੈਲੀਕਾਪਟਰਾਂ ਤੋਂ ਉਤਰੇ ਮਾਰਦੇ ਮਾਰਦੇ ਕੋਈ ਕਾਮਯਾਬੀ ਹੋਈ ਕੋਈ ਕਾਮਯਾਬੀ ਹੋਈ ਜਿਹੜੇ ਕਾਮਯਾਬ ਹੋਏ ਉਹ ਮਤਲਬ ਕੀ ਉਹਨਾਂ ਉੱਤੇ ਉਤਰੀ ਜਿਹੜੀ ਬਿਲਡਿੰਗ ਆ ਦੋ ਮੰਜ਼ਿਲੇ ਉੱਤੇ ਰੁਕੋ ਮਤੇ ਕੰਮ ਤੇਰੇ ਵੇਦੇ ਰਹੇ ਮਾਲ ਲੈ ਮੜ ਕੇ ਲੈ ਗਏ ਸਾਨੂੰ ਉਹ ਅੰਦਰ ਛੜਾਇਆ ਵਿਖਾਉਣ ਨਾ ਜਿਹੜੇ ਟ੍ਰੈਲਰ ਲੈ ਕੇ ਆ ਬਾਅਦ ਚ ਪਤਾ ਲੱਗਾ ਕਿ ਜਿਹੜੇ ਸਰਾਹ ਚੋਂ ਕੱਢੇ ਸਿੰਘ ਇਹਨਾਂ ਨੂੰ ਬਹੁਤ ਉਹਨਾਂ ਨਗਾ ਨਾਜ ਕਰਕੇ ਲੱਡੂ ਵੰਡ ਕੇ ਭੰਗੜੇ ਪਾ ਕੇ ਉਹਨਾਂ ਨੂੰ ਬਖਾਉਂਦੇ ਰਹੇ ਆ ਮਤਲਬ ਖੁਸ਼ੀ ਯਾਰ ਕੀਤੀ ਐ ਨਾ ਜਦੋਂ ਸਾਨੂੰ ਕੱਢਿਆ ਸਾਨੂੰ ਰੈਸਟ ਕਰਕੇ ਮੰਨ ਹੀ ਖੜਿਆ ਜਦੋਂ ਸਾਨੂੰ ਰਸਤੇ ਤੇ ਕਿਸੇ ਦੀ ਬਾਰੀ ਨਹੀਂ ਗਈ ਸੀ ਕੋਈ ਨਾ ਕੋਈ ਬੰਦਾ ਨਾ ਕਰਿੰਦਾ ਮਨ ਸਾਨੂੰ ਕੋਈ ਰਾਤ ਕਿਸੇ ਨੇ ਕੋਈ ਨਹੀਂ ਹੁੰਦੀਆ ਉਹ ਅੱਛੇ ਖੜ ਕੇ ਸਾਨੂੰ ਨਿਗੇ ਨਿਗੇ ਕਮਰੇ ਜਿਹਨਾਂ ਆ ਕਮਰਾ ਇਹਨਾਂ ਅੱਧਾ ਕਮਰਾ 60 ਬੰਦੇ ਉਹਨਾਂ ਤੱਕੇ ਨਾ ਵੜੀ ਗਏ ਆ ਵੀ ਜਿੱਦਾਂ ਦੋ ਪੈਰ ਵੀ ਨੰ ਬੰਦਾ ਰੱਖ ਸਕਦਾ ਚਰਨੇ ਥਾਣੇ ਪਾਣੀ ਪੀਉਂਦੇ ਰਹੇ ਉਹ ਚਰਨੇ ਤੇ ਬੋਲਣਾ ਜਿਹੜਾ ਚੰਗਾ ਭਾਲੇ ਉਹਨਾਂ ਨੂੰ ਬੋਲ ਕੇ ਲੈ ਕਰਨ ਦੂਜੇ ਨੇ ਕਸ ਕਰ ਰਹੇ ਖਲੋਤਾ ਵੀ ਜਾਂਦਾ ਬੈਠਾ ਜਾਂਦਾ ਲੰਮੇ ਪਿਆ ਜਾਂਦਾ ਸਲਟਾ ਫਟਾ ਸਾਰੇ ਲੱਗੇ ਆ 8:00 ਨੂੰ ਫੇਰ ਸੁਟਿਆ ਉਹਨਾ ਮੈਂ ਤਾਂ ਵੀ ਹੋ ਗਿਆ ਹੁਣ ਇਹਦੇ ਪਾਣੀ ਵਿੱਚ ਬਿਓਚੀ ਪਾਣੀ ਮੰਗਿਆ ਉਹ ਗਾਲ ਕੱਢ ਕੇ ਆਰਮੀ ਦੇ ਜਵਾਨਾਂ ਦਾ ਬੈਂਚੋਂ ਸਾਲਾ ਪਾਣੀ ਮੰਗਦਾ ਹੈ ਕਿਦਨੇ ਫੌਜੀ ਮਾਰੇ ਹਾਰੇ ਉਹਨ ਸਟੇਨ ਗੰਦੀ ਗੋਲੀ ਜਿਹੜੇ ਪੈਰੇ ਤੇ ਹੀ ਉਹਨੇ ਗੋਲੀ ਫੇਰ ਉਸੇ ਗੋਲੀ ਜਿਹੜੀ ਗੋਡੇ ਤੇ ਵਜੀ ਉਹਦੇ ਵਿੱਚ ਫੇਰ ਮਾਰਦੀ ਥੋੜੀ ਸਿਕਲੰਜਾ ਇਹ ਬਿਓ ਚੇਕਿੰਗ ਇੱਥੇ ਗੋਲੀ ਇੱਕ ਬਾਅਦ ਚ ਵੀ ਮਾਰੀ ਆ ਆ ਬਾਰੀ ਆ ਆ ਗੋਲੀ ਇਹ ਬਾਅਦ ਚ ਮਾਰੀ ਅਰੈਸਟ ਕਰਕੇ ਅਰੈਸਟ ਕਰਕੇ ਗੋਲੀ ਮਾਰੀ 9 ਤਰੀਕ ਨੂੰ ਮਾਰੀ ਗੋਲੀ ਇਹਨਾਂ ਜਿਹੜੀ ਆ ਸਾਈਡ ਦੇ ਉੱਤੇ ਆਈ ਸੀ ਰਾਈਟ ਭਾਈ ਹੂੰ ਫਿਰ ਉਹਨਾਂ ਮੇਰੇ ਪਿੰਡ ਦੇ ਕਿੱਥੇ ਰੱਖਿਆ ਸੀ ਉਹਦੇ ਗੋਲੀ ਮਾਰੀ ਇਹ ਉੱਥੇ ਪਿਓਛ ਬਿਆ ਹੰਦਰ ਮੈਂ ਕਿੱਥੇ ਕੈਂਪ ਮਾਲੀ ਮਾਲੀ ਕੈਂਪ ਜਿਹੜਾ ਆਰਮੀ ਦਾ ਉਹਦੇ ਵਿੱਚ ਹੂੰ ਫਿਰ ਨਾਲ ਦੇ ਮੇਰੇ ਪਿੰਡ ਦੇ ਸਿੰਘ ਬੰਨਾ ਫਿਰ ਉਹਨਾਂ ਆਪ ਪਾਇਆ ਜਿਹੜੇ ਹੋਰ ਵੀ ਸਿੰਘ ਸੀ ਉਹਨਾਂ ਜਾ ਕੇ ਉਹਨੂੰ ਗੋਲੀ ਮਾਰ ਦੋ ਮੈਂ ਤੜਫੰਡਿਆ ਹਾਂ ਗੋਲੀ 2 ਵਜੀਆਂ ਗਰਮੀ ਆਖਰਾ ਦੀ ਨਾ ਪਾਣੀ ਨਾ ਗੱਲਬਾਤ ਤੇ ਤਲ ਫੰਡੇ ਉਹਨਾਂ ਕੇ ਜਾਂ ਗੋਲੀ ਮਾਰ ਦੋ ਤੇ ਜਾਂ ਇਹਨੂੰ ਕਿਹਦੇ ਪਾਸੇ ਲਾਓ ਫਿਰ ਨਾ ਮੈਨੂੰ ਉੱਥੋਂ ਚੁੱਕ ਕੇ ਤੇ ਇਥੇ ਲਿਆਦਾ ਗੁਰਸੇ ਇੱਕ ਵਾਰ ਰਸਤਾ ਇਹਨਾਂ ਦਾ ਕਬਜ਼ੇ ਹਾਰਮੀ ਦਾ ਇਹ ਬਾਹਰ ਤੋਂ ਪੇਖੜੀ ਗੱਡੀ ਘਰ ਖੜੀ ਕਰਕੇ ਜਿਉਂਦਾ ਮਹੀਨਾ ਲੋਹਾ ਤੱਤਾ ਹੁੰਦਾ ਮਿੰਟ ਜੇ ਕਰਕੇ ਤੇ ਆ ਬੰਦੇ ਜਾ ਬਿਠੇ ਦੋ ਘੇੜੇ ਮੈਨੂੰ ਇਹਨਾਂ ਬਾਹਰ ਉੱਥੇ ਰੱਖਿਆ ਧੁੱਪੇ ਉਹ ਸਜਾ ਦੇਂਦੇ ਸੀ ਸੀਹ ਦੇਂਦੇ ਸੀ ਅੰਦਰ ਖੜਕੇ ਇਹਨਾਂ داخل ਕਰਾਇਆ ਨਰਸਾਂ ਨੇ ਬਹੁਤ ਚੰਗੇ ਹਸਤਾਫਤੋਂ ਦਾ ਬਸ ਇੱਕ ਵਾਰ ਹਸਤਾਫਤੋਂ ਦਾ ਇਹ ਨਹੀਂ ਹੱਥ ਲਾਉਣਦੇ ਸੇਵਾ ਕਰਨ ਦੇਦੇ ਉਹ ਜਿਹੜੀਆਂ ਸਿਸਟਰ ਹੈ ਉਥੋਂ ਦੀਆਂ ਬੇਇਜ਼ਤੀ ਕਰਾਉਂਦੀਆਂ ਰਹੀਆਂ ਇਹਨਾਂ ਮੇਰਾ ਸਿਰ ਨਵਾਇਆ ਮੈਡਮਾਂ ਨੇ ਸ਼ੇਵਰਾ ਸਾਬਣ ਲਾਇਆ ਮੇਰੇ ਸਿਰ ਨੂੰ ਤੇ ਫੇਰ ਜਿਹੜਾ ਲੋ ਮੇਜੀ ਮੇਰੇ ਸਿਰ ਚੋਂ ਕੱਢਿਆ ਨਾ ਇਹ ਤੱਕ ਤੱਕੇ ਮਾਰਦੇ ਰਿਹਾ ਤੁਹਾਨੂੰ ਕਾਰ ਵੀ ਕਰ ਲਈ ਤੁਹਾਨੂੰ ਆਤਾ ਤੂੰ ਛੱਡੋ ਇਹਨਾਂ ਕਿਹੜਾ ਹਾਂਦੇ ਤੁਸੀਂ ਡਿਊਟੀ ਕਰ ਰਹੇ ਜੇ ਉਹ ਸਰਕਾਰੀ ਮੈਡਮ ਹੈ ਨਰਸਾਂ ਅਸੀਂ ਡਿਊਟੀ ਕਰ ਰਹੇ ਹਾਂ ਤੂੰ ਜਾਂ ਹੱਥੋਂ ਲੈ ਆਉਂਦੇ ਨੇ ਜਦੋਂ ਹੱਥੋਂ ਲੈ ਜਾਂਦਾ ਤਾਂ ਇਹਨਾਂ ਦਾ ਇਲਾਜ ਕਰਨਾ ਫਿਰ ਉੱਥੇ ਮੇਰੇ ਪਿੰਡ ਦੀ ਇੱਕ ਨਰਸ ਸੀ ਐਡਰੈਸ ਨਹੀਂ ਦਿੰਦੇ ਆਂ ਹੀ ਐਡਰੈਸਾਂ ਪੜਾਈਏ ਉਹ ਜੀ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਕੁਰਾ ਤੇ ਪਿੰਡ ਵਾਸੀ ਨੰਦਪੁਰ ਐਡਰੈਸਾਂ ਕਿਸੇ ਨੇ ਦਿੱਤੇ ਤੁਸੀਂ ਇਹ ਦੱਸਦੇ ਸੀਗੇ ਜੋ ਤੁਹਾਡੇ ਤੋਂ ਆਰਮੀ ਵਾਲੀ ਪੁਲਿਸ ਐਡਰੈਸ ਕੋਈ ਬਿਆਨ ਕੀ ਕਹਿੰਦੇ ਸੀ ਤੁਸੀਂ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਹਿਬ ਕੁਰਾ ਤੇ ਵਾਸੀ ਨੰਦਪੁਰ ਦੇ ਆਂ ਆਪਣਾ ਘਰ ਦਾ ਐਡਰੈਸ ਨਹੀਂ ਦੱਸਦਾ ਮੇਰੇ ਪਿੰਡ ਦੀ ਮੈਡਮ ਹੀ ਕੋਈ ਉਹਨੇ ਮੈਨੂੰ ਪਛਾਣ ਲਿਆ ਨਰਸ ਲਗੀ ਉੱਤੇ ਗੱਲਬਾਤ ਕੋਈ ਨਾ ਕੀਤੀ ਉਹਨੇ ਤੇ ਉਹਨੇ ਮੇਰੇ ਘਰਸ ਨਾਲ ਪਛਾਣਤਾ ਘਰਸ ਨਾਲ ਪਛਾਣਤਾ ਤੇ ਮੈਂ ਮਰ ਚੁੱਕਾ ਹਾਂ ਹਿਸਾਬ ਨਾਲ ਕਾਗਜ਼ਾ ਪੱਤਰਾ ਚ ਨਹੀਂ ਹੈਗਾ ਸ਼ਿਦਾ ਚ ਮਲੀ ਉਹਨੇ ਜ਼ਰੂਰ ਕੋਈ ਬੰਦਾ ਹੈਗਾ ਅੰਦਰ ਮੇਰਾ ਨਾਂ ਨਾ ਲਿਓ ਕਿ ਮੇਰਾ ਨੌਕਰੀ ਦਾ ਮਾਲ ਮੇਰਾ ਨਾਂ ਨਿਓ ਇਹ ਮਸੀਂ ਮੇਰੀ ਗਈ ਇਹਨੇ ਪੁੱਛਿਆ ਜਾ ਕੇ ਉਹਨਾਂ ਰਜਿਸਟਰ ਚੈੱਕ ਕੀਤਾ ਰਜਿਸਟਰਾਂ ਚ ਨਹੀਂ ਹੈਗਾ ਨਾਂ ਮੇਰਾ ਇਹਨੇ ਥੋੜੀ ਚਲਾਕੀ ਵਰਤੀ ਉਹਨਾਂ ਦੱਸਿਆ ਵੀ ਬੰਦਾ ਅੰਦਰ ਹੀ ਐ ਨਿਆਣਾ ਛੋਟਾੜਾ ਉਹ ਮੁੰਡਾ ਆਇਆ ਇਹਨੂੰ ਛੋਟਾ ਸੀ ਉਹਨੂੰ ਛੋਟਾ ਸੀ 1.5-2 ਮਹੀਨਾ ਦਾ ਹੋਊਗਾ ਇਹਨੂੰ ਰਵਾ ਕੇ ਤੇ ਦੁੱਧ ਦੇਣ ਲੱਗ ਕੇ ਬਹਿ ਗਏ ਮੁੜ ਕੇ ਗਿਆ ਕਰਨ ਵਾਲਾ ਆ ਸਰਦਾਰ ਉਹਨੇ ਕਿਹਾ ਬੀਬੀ ਕਿਉਂ ਬੈਠੀ ਐ ਇਹਨੇ ਆਖਿਆ ਵੀ ਇਹ ਆਂਦੀ ਮੇਰਾ ਆਦਮੀ ਅੰਦਰ ਐ ਕਰ ਕਰ ਵਾਲਾ ਮੇਰਾ ਅੰਦਰ ਐ ਉਹ ਤਾਂ ਅੰਦਰ ਤੇ ਵਿਖਾ ਦਿਓ ਉਹਦੇ ਕਹਿਣ ਤੇ ਆਰਮੀ ਨਾਲ ਜਾ ਕੇ ਤੇ ਵਿਖਾਉ ਲਿਆ ਪਹਿਲਾਂ ਲਾਗਦੀ ਲੰਗੀ ਉਹੀ ਪਿਆ ਨਹੀਂ ਵੇਖਿਆ ਨਹੀਂ ਮੁੜ ਕੇ ਵੇਖਿਆ ਫਿਰ ਆਉਂਦੀ ਜਾਂਦੇ ਮੁੜ ਕੇ ਮੇਰੇ ਕੋ ਸਾਡੇ ਪਿੰਡ ਦਾ ਮਲਕੀ ਕੋਈ ਹੈਗਾ ਇਹ ਕਿ ਵਸਰ ਅਬਸਰ ਵੱਡਾ ਹੀ ਉਹਦੇ ਮਲਕਾਨ ਮੁਤਾਬਕ ਮਲਕੀ ਮੇਰਾ ਆਉਂਦੀ ਜਾਂਦੇ ਤੇ ਸੰਤਨ ਨਾਲ ਆਖਰੀ ਮੁਲਾਕਾਤ ਕਦੋਂ ਹੋਈ ਤੁਹਾਡੀ ਉੱਥੇ ਪੰਜ ਨੂੰ ਪੰਜ ਨੂੰ ਸ਼ਾਮੀ ਹੋਈ ਕੀ ਗੱਲਬਾਤ ਹੋਈ ਸੋ ਗੱਲਬਾਤ ਕੋਈ ਖਾਸ ਨਹੀਂ ਹੋਈ ਫਤਿਹ ਹੋਈ ਜਿਹੜੇ 6 ਜੂਨ ਨੂੰ ਮਲਕ ਹੋਣਾ ਇੰਨੇ ਸਹਾਲ ਗਏ ਨਹੀਂ ਕੋਈ ਗੱਲ ਬਾਤ ਜਿਹੜੇ 6 ਜੂਨ ਨੂੰ ਉਸੇ ਗੱਲ ਸੁਣੀ ਆਂ ਹਾਂ 7 ਜੂਨ ਨੂੰ ਜਿਹੋ ਸੰਤਾਂ ਦੀ شناخت ਕਰਦੇ ਸੀ ਕਿ ਸੰਤ ਜਨੈਲ ਸਿੰਘ ਦੀ ਲਾਸ਼ ਆ ਤੇ ਜਿਹੜੇ ਸਾਰੇ ਅਸੀਂ ਇਕੱਠੇ ਸਿੰਘ ਹੋਏ ਆ ਕੋਈ ਘੰਟਾ ਕਰੋ ਕੋਈ ਕਿਧਰੋਂ ਕੋਈ ਕਿਧਰੋਂ ਸਾਰੇ ਉੱਥੇ ਬੱਦੇ ਉਹ ਆਂਦੇ ਵੀ ਉਹਨਾਂ ਦੀ ਆਵਾਜ਼ ਇਹ ਸੀ ਕਿ ਸੰਤ ਕਿਧਰ ਕਿਤੇ ਚੱਲ ਗਏ ਜਿਹੜਾ ਭੱਗੂਪੁਰ ਦਾ ਸਿੰਘ ਉਹਦੀ شناخت ਕਰਦੇ ਹਾਂਜੀ ਭੱਗੂਪੁਰ ਦਾ ਸਿੰਘ ਆ ਸੰਤਾਂ ਵਰਗਾ ਉਚਾਲਾ ਮਰ ਜਵਾਨ ਉਹਦੀ شناخت ਕਰਦੇ ਉਹ ਟਾਈਮ ਤੇ ਇਹ ਗੱਲ ਹੋ ਰਹੀ ਸੀ 35 40 ਹੌਂਡੇ ਨਹੀਂ ਗੱਲਬਾਤ ਕਿ ਬੰਦੇ ਕੀ ਕਹਿ ਜਾਂਦਾ ਉਹ ਜਿਹੜੀ ਗੱਲ ਹੋ ਰਹੀ ਸੀ ਉਹ ਟਾਈਮ ਤੇ ਅੰਦਰ ਦੀ ਬਾਤ ਇਹ ਸੀ ਬਾਅਦ ਚ ਆਉਂਦਾ ਵੀਰ ਯਾਰ ਸਾਲਿਆਂ ਚ ਪਿਆਰਾਂ ਬਰਦੀ ਸਭ ਨਿਕਲ ਗਏ ਸੀ ਵੀ ਉੱਥੇ ਉਹ ਟਾਈਮ ਤੇ ਇਹ ਸੀ ਉਹ ਟਾਈਮ ਤੇ ਇਹ ਗੱਲ ਹੁਣ ਬਿਆਨ ਦੇਣ ਵਾਲੇ ਜੋ ਮਰਜ਼ੀ ਕਰੀ ਜਾਂਦੇ ਆ 20 ਸਾਲ ਤੋਂ ਗੱਲਬਾਤ ਕੋਈ ਨਹੀਂ ਹੋਈ ਜਿਹਨਾਂ ਦਾ ਬਾਬਾ ਠਾਕੁਰ ਸਾਹਿਬ ਰਹੇ ਉਹਨਾਂ ਚਰ ਨਹੀਂ ਕੇਨ ਮਿਲ ਕੇ ਨਾ ਦਿਆ ਡੱਬਾ ਠਾਕੁਰ ਸਾਹਿਬ ਪੂਰੇ ਤੋਂ ਬਾਅਦ ਮਿਲਿਆ ਨਸ਼ੀ ਦਿਖਰਾ ਦਿੱਤਾ ਤੁਸੀਂ ምን ਸ਼ਿਰਮੰਦ ਹੋ ਜਾਂ ਹੈ ਤੁਸੀਂ ਕੀ ਮੰਨਦੇ ਹੋ ਅਹੀ ਨਹੀਂ ਮੰਨਦੀ ਚੀਜ਼ ਪਰ ਕਰੀਅਰ ਕੀ ਐਨੇ ਚੱਲ ਰਹਿ ਨਹੀਂ ਸਕਦੇ ਕੀ ਪਤਾ ਕੀ ਗੱਲ ਬਾਤ ਇਹ ਕੀ ਨਹੀਂ ਬਲੀ ਪਰ ਅਹੀ ਅੱਖੀ ਨਹੀਂ ਕੁਝ ਵੇਖਿਆ ਹੁਣ ਇਹ ਬਿਆਨ ਦੇ ਨਾਲ ਜਿੱਦਾਂ ਆਉਂਦੇ ਹੀ ਆ ਅਖਬਾਰਾਂ ਪੜੀ ਤਾਂ ਸਭ ਕੋ ਕਰੀਅਰ ਆਸਾਨੀ ਵੇਖੀਦੇ ਆ ਤਕਸਾਲ ਵਾਲੇ ਨਹੀਂ ਮੰਨਦੇ ਤਕਸਾਲੀਆਂ ਤੁਸੀਂ ਆ ਭਾਈ ਮਰੀਕ ਸੋ ਨਹੀਂ ਮੰਨਦਾ ਇਹ ਗੱਲ ਭਾਈ ਮਰੀਕ ਸੋ ਨਹੀਂ ਮੰਨਦਾ ਬਾਬਾ 18 ਸਾਲ ਜਿੰਨਾ ਜਿਹੜਾ ਬੰਦਾ ਨਹੀਂ ਮੰਨਦੇ ਬਾਤ ਇਹ ਵੀ ਪਤਾ ਲੱਗਦਾ ਰਿਹਾ ਯਾਰਾਂ ਬਰਦੀਆਂ ਦੋ ਜੀਪਾਂ ਮਿਲੀਆਂ ਖਾਲੜਾ ਬਾਰਡਰ ਤੋਂ ਹੁਣ ਤੱਕ ਆਰੰਗੰਡੇ ਬਾਰਡਰ ਤੋਂ ਉਦੋਂ ਸਿੰਕਲ ਜਾਂਦੇ ਸੀ ਬਾਹਰ ਆਵ ਜਾਂਦੇ ਪਾਕਿਸਤਾਨ ਨੂੰ ਉਦੋਂ ਚਲੇ ਵੀ ਜਾਂਦੇ ਤੇ ਆਵ ਜਾਂਦੇ ਆਹ ਤਾਰ ਤੇ ਹੁਣ ਕੈਪਟਨ ਲਾਈ ਹੈ ਅੱਜ 35-40 ਸਾਲ ਹੋ ਗਏ ਨਹੀਂ ਕੀ ਗੱਲ ਕਹੀ ਜਾਂਦੀ ਹੁਣ 36 ਸਾਲ ਇੰਨੇ ਸਾਲ ਹੋ ਗਏ 36 ਜਾਂ 31 ਸਾਲ ਕਿਵੇਂ ਦੇਖਦੇ ਹੋ ਹੁਣ ਉਸ ਗੱਲ ਨੂੰ ਅ ਜਿਹੜੀ ਗੱਲ ਲੜਾਈ ਚੱਲ ਰਹੀ ਸੀ ਜਾਂ ਕੋਈ ਜਵੇਂ ਤੁਸੀਂ ਕਿਵੇਂ ਦੇਖ ਰਹੇ ਹੋ ਉਹਦਾ ਯਾਦ ਕਰ ਜਦੋਂ 6 ਜੂਨ ਜਦੋਂ 6 ਜੂਨ ਆਉਂਦੀ ਆ ਸਾਨੂੰ ਉਹ ਫੇਰ ਚੇਤੇ ਆਉਂਦੀਆਂ ਗੱਲਾਂ ਉਹਨਾਂ ਸਿੰਘਾਂ ਦੀ ਯਾਦ ਮਨਾਇਂਦੀ ਹੈ ਯਾਰਾ ਸਿੰਘ ਜਿਹੜੇ ਚੀਤ ਹੋਏ ਆ ਸਾਲ ਉਹਨਾਂ ਦਾ ਹਰ ਸਾਲ ਮਿਲ ਕੇ ਉਹਨਾਂ ਦਾ ਵਰਸੀ ਮਨਾਇਂਦੀ ਹੈ ਦਾਸ ਆਕੇ ਲਾਕੇ ਮਨਾਉਂਦਾ ਭਾਵੇਂ ਪਿੰਡ ਛੱਡਿਆ ਜਾਂ ਸ਼ਹਿਰ ਵੀ ਛੱਡਿਆ ਜਿੱਦਾਂ ਜਿਹਦਾ ਸੁਭਾਅ ਮਿਲਦੀ ਹੁੰਦਾ ਕਰਨੀ ਪੈਂਦੀ ਜਿਹੜੀ ਗੱਲ ਹੈ ਜਿੱਥੇ ਜਿੱਥੇ ਡਿਊਟੀ ਲੱਗੀ ਆ ਹੁਣ ਉੱਥੇ ਤੁਹਾਨੂੰ ਦੱਸਿਆ ਬੱਚੀਆਂ ਜਿਤੇਮ ਆ ਹੁਣ ਲੁਧਿਆਣੇ ਤੋਂ ਇੱਕ ਕੇਸ ਆਇਆ ਤਿੰਨ ਬੱਚੀਆਂ ਮਾਂ ਨੇ ਕਿਸੇ ਨਾਲ ਰਲ ਕੇ ਘਰਵਾ ਮਾਰਤਾ ਤਿੰਨ ਬੱਚੀਆਂ ਉਹਦਾ ਵਾਰਿਸ ਕੌਣ ਬਣੇ 3 ਸਾਲ ਦੀ ਬੱਚੀ ਛੋਟੀ ਹੈ ਉਹ ਛੱਡ ਗਏ ਠੀਕ ਹੈ ਰੱਬ ਜੇ ਵਾਲਾ ਰੈਡੀ ਰਿਹਾ ਲੇ ਤੁਹਾਨੂੰ ਲੱਗਦਾ ਇਨਸਾਫ ਹੋਇਆ ਸਰਕਾਰਾਂ ਆਈਆਂ ਗਈਆਂ ਭਾਜਪਾ ਦੀ ਵੀ ਆਈ ਅਕਾਲੀ ਦਲ ਦੀ ਵੀ ਆਈ ਕੋਈ ਸਰ ਕਾਂਗਰਸ ਦੀ ਵੀ ਆਈ ਕੋਈ ਸਰ ਅਕਾਲੀ ਦਲ ਦੇ ਇਹ ਤਕਰੀਬਨ ਇਹਨਾਂ ਦੇ ਸ਼ਹਿਰਾਂ 'ਚ ਜੋ ਕੁਝ ਹੋਇਆ ਅਟੈਕ ਜਿਹੜਾ ਹੈ ਨਾ ਅਸੀਂ ਨਹੀਂ ਮੰਨਦੇ ਭਾਵੇਂ ਕਾਲੀਆਂ ਸਰਕਾਰ ਆ ਬਾਦਲ ਰਿਆ ਜਾਂ ਕੋਈ ਰਿਆ ਵਾ ਇਹਨਾਂ ਦੇ ਸ਼ਹਿਰਾਂ 'ਚ ਅਟੈਕ ਹੋਇਆ ਤੇ ਸਰ ਵੀ ਇਹਨਾਂ ਸ਼ਹਿਰਾਂ ਹੋਇਆ ਉਦਾਂ ਨਹੀਂ ਤੇ ਪਾਇਆ ਸੀ 6 ਮਹੀਨੇ ਗੋਲ ਚਲਦੀ ਰਹਿੰਦੀ ਸਰ ਨਹੀਂ ਹੋਤਾ ਘਰ ਦਾ ਪੇਤੀ ਲੰਕਾ ਟਾਵੇ ਇਹਨਾਂ ਦਿੱਤਾ ਸੀ ਅੜੀ ਦਿੱਤੀ ਇਹਨਾਂ ਤੇ ਤੁਹਾਡੀਆਂ ਗੋਲੀਆਂ ਗਾਲੀਆਂ ਕੱਖ ਨਹੀਂ ਬਣਨਾ ਕਿ ਵਸਲਾ ਅੰਦਰ ਹੈਗਾ ਫਿਰ ਬਾਹਰ ਹੋਈ ਅਸਲਾ ਉਹ ਅੰਦਰ ਵੀ ਅਸਲਾ ਉਹ ਪੇਰਾਂ ਦੇ ਚਾਰੇ ਹਥਿਆਰ ਵਰਤੇ ਜਿਹੜੇ ਨਹੀਂ ਵਰਤਦੇ ਹਿੰਦੂਸਤਾਨ ਦੀ ਸਰਕਾਰ ਆਪਣੇ ਮੁਲਕ ਤੇ ਚਾਰੇ ਚੀਜ਼ਾਂ ਨਹੀਂ ਵਰਤਦੀ ਕਮਾਂਡੋ ਹੈਲੀਕਾਪਟਰ ਟੈਗ ਗੋਤੋਪਾ ਇਹ ਚਾਰ ਜੀ ਨਹੀਂ ਵਰਤ ਚਾਰੇ ਵਰਤੀਆਂ ਇਹਨਾਂ ਨੁਕਸਾਨ ਇਹਦਾ ਬੜਾ ਆਇਆ ਨੁਕਸਾਨ ਹੋਣ ਦੇ ਬਾਵਜੂਦ ਵੀ ਤਾੜੀ ਕਰਦੇ ਰਹੇ ਸਾਡੀ ਇੰਟਰਵਿਊ ਹੁੰਦੀ ਰਹੀ ਆ ਉੱਥੇ ਹਫਤਾਵਾਂ ਚ ਬਹੁਤਾਂ ਕੀਤਾ ਤਿੰਨ ਮਹੀਨੇ ਨਾ ਪਿੰਡਰੀ ਲਾ ਕਿਥੇ ਪਿੰਡਰੀ ਲਾ ਕਿਥੇ ਜਿੱਦੇ ਜਾਣੇ ਇੰਟਰਵਿਊ ਹੁੰਦੀ ਰਹੀ ਤੇ ਕੋਈ ਇਹ ਪੁੱਛਦੇ ਰਹੇ ਪਿੰਡਰੀ ਲਾ ਕਿਥੇ ਪਿੰਡਰੀ ਲਾ ਕਿਥੇ ਪਿੰਡਰਾਂ ਨਹੀਂ ਹਾਂਦੇ ਜੇ ਇਹਨਾਂ ਲਾਸ਼ ਮਿਲੀ ਹੁੰਦੀ ਤੇ ਫੇਰ ਇਹਨਾਂ ਪੁੱਛਣ ਦੀ ਲੋੜ ਹੀ ਤੇ ਨਾਲ ਲਾਸ਼ ਨਾ ਕਈ ਤੁਰੇ ਫੇਰ ਨਾਲ ਕਈ ਹੋਰ ਕਰਦਾ ਇਹਨਾਂ ਲਾਸ਼ ਨੂੰ ਮਰ ਉਹ ਟਾਈਮ ਤੇ ਅਹੀਂ ਸਾਡੇ ਮੁਤਾਬਕ ਨਹੀਂ ਕੋਈ ਗੱਲ ਬਾਤ ਚ ਕੀ ਨਹੀਂ ਕਹੀ ਜਾਂਦੀ ਕੀ ਹੋਇਆ ਕੀ ਪਰ ਜੀ ਜਿਉਂਦੇ ਹੁੰਦੇ ਹੁੰਦੇ ਸੰਤ ਹੁਣ ਤੱਕ ਪਤਾ ਨਾ ਲੱਗਦਾ ਪਤਾ ਨਾ ਲੱਗਦਾ ਇਹ ਤਾਂ ਗੱਲ ਮਿਲ ਗਈ ਗਲਤੀ ਹੋਈ ਸੋਚਣ ਦੀ ਜਿਵੇਂ ਪਤਾ ਹੀ ਪੰਜ ਵਰਡ ਪਾਕਿਸਤਾਨ ਚ ਬੈਠਾ ਵਧਾਵਾ ਸਿੰਘ ਪਾਕਿਸਤਾਨ ਤੇ ਕਿਹਾ ਜਾਂਦਾ ਸਾਰੇ ਫੋਟੋਆਂ ਵੀ ਆ ਜਾਂਦੀਆਂ ਉਹਦਾ ਹੈਗਾ ਤੇ ਸੰਤਾਂ ਦੀ ਵੀ ਆ ਜਾਣੀ ਸੀ ਹੁਣ ਤੇ ਮਲਕ ਜਿੱਦਾਂ ਮੇਰੇ ਵਰਗੇ ਇੰਟਰਵਿਊ ਦੇਣ ਦੇ ਜਾ ਵਰਗੇ ਦੇਂਦੇ ਆ ਪੇ ਸੰਤਾਂ ਨੇ ਜਕਾਰੇ ਛੱਡ ਕੇ ਬਾਹਰ ਆਣ ਕੇ ਆਖਿਆ ਅਹੀਂ ਪਹਿਲੇ ਦਿਨ ਗਏ ਜੂਨ ਨੂੰ ਤਿੰਨ ਜੂਨ ਨੂੰ ਸਾਨੂੰ ਉਹਨਾਂ ਬਾਹਰ ਕਰਮਾਚ ਨਹੀਂ ਬਹਿਣਤਾ ਕੋਈ ਲੜਾਈ ਡਾਂਗ ਛੋਟੇ ਦੀਆਂ ਨਹੀਂ ਸੀ ਪੀ ਪੀ ਡਾਂਗ ਲੈ ਕੇ ਆਉਣ ਦਾ ਕਿ ਬਰਚੀ ਲੈ ਕੇ ਆਉਣ ਦਾ ਮਾਰੂਗਾ ਇਹ ਅੱਗੋਂ ਅਸੀਂ ਕਰਾਂਗੇ ਲੜਾਈ ਤਾਂ ਗਈ ਹੀ ਦੂਰ ਹਥਿਆਰਾਂ ਦੀ ਲੜਾਈ ਤੇ ਗੋਲੀਆਂ ਦੀ ਤੇ ਗੋਲੀਆਂ ਨਾਲ ਸੰਤਾਨ ਬਾਹਰ ਆਣ ਕੇ ਵੀ ਸ਼ਾਂਤ ਵੀ ਮੋਰਚੇ ਲਾਂਡੇ ਆ ਸੀ ਹੁਣ ਜਾਣੇ ਹੋ ਫਿਰ ਤੁਸੀਂ 1 ਤੋਂ 6 ਜੂਨ ਤੱਕ ਉੱਥੇ ਜਾ ਜਾਈਦਾ 6 ਜੂਨ ਜਾਈਦਾ ਭਾਂ ਕਿਤੇ ਹੋਈ 6 ਜੂਨ ਜਾਈਦਾ ਜਾਣ ਦੇਣ ਜਾਂ ਨਾ ਦੇਣ ਜਾਣ ਅੱਗੇ ਜਾਂਦੇ ਨੇ ਪਿਛਲੇ ਹਰ ਨਹੀਂ ਜਾਣਤਾ ਤਾਂ ਪਿਛਲੇ ਸਾਲ ਰਹੀ ਉਹ ਤੇ ਬੈਗਾ ਕਰੋਨਾ ਦਾ ਆ ਕਰੋਨਾ ਕਰਕੇ ਉੰਜ ਵੀ ਬਾਨਾ ਬਣਾਉਂਦੇ ਆ ਮਰੋ ਸ਼੍ਰੋਮੀ ਕਮੇਟੀ ਸਰਕਾਰ ਨਾਲ ਰਹੀ ਹੁੰਦੀ ਆ ਸਾਡੇ ਬੰਦੇ ਡਾਂਗਾ ਮਾਰਦੇ ਆ ਕਿ ਟਕਸਾਲੀ ਬੰਦੇ ਜਾਂ ਚੋਲਾ ਪਾਇਆ ਹੋਏ ਜਿਹਨੇ ਇਹ ਖੁਦ ਰਹੀ ਆ ਬਾਕੀ ਜਾਂਦੇ ਆ ਜਿਨ੍ਹਾਂ ਦੇ ਦੋ ਦੋ ਤਿੰਨ ਤਿੰਨ ਛੀਦ ਹੋਏ ਆ ਜਾਂਦੇ ਦੁੱਖ ਹੈਗਾ ਇਹ ਗੱਲ ਸਾਰੀ ਕੋਈ ਮੱਛੜੇ ਕੰਨ ਜਾਣੇ ਕਰਨਾ ਉੱਥੇ ਕਰਨਾ ਕੀ ਆ ਖਣਪੜ ਸਭ ਰੱਖਿਆ ਭੋਗ ਸੁਣ ਕੇ ਘਰੋਂ ਆਏ ਨਾ ਅਗਲੇ ਜੰਦਰ ਹੈ ਮੈਂ ਤੇ ਭੋਗ ਸੁਣ ਕੇ 9 ਵਜੇ ਪਰਵਾਜ ਦੇ ਧੰਨਵਾਦ ਬਾਬਾ ਠੀਕ ਹੈ ਜੀ ਇਹ ਸੰਨ ਅਵਤਾਰ ਸਿੰਘ ਖਾਲਸਾ ਵਰਪਾਲ ਜਿਨ੍ਹਾਂ ਦਾ ਕਹਿਣਾ ਕਿ ਬਹੁਤ ਸਾਰਾ ਕੁਝ ਦੇਖਿਆ ਗੋਲੀਆਂ ਵੀ ਲੱਗੀਆਂ ਪਰ ਉਹਨਾਂ ਨੂੰ ਲੱਗਦਾ ਕਿ ਇਨਸਾਫ ਅਜ ਤੱਕ ਨਹੀਂ ਹੋਇਆ